ਫੌਜਮੁਖੀ ਤੋਂ ਮੰਗੀਆਂ ਗਈਆਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੀਆਂ ਵਸਤੂਆਂ ਭਾਈ ਲੌਂਗੋਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਫੌਜਮੁਖੀ ਬਿਪਨ ਰਾਵਤ ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਸਨ ਤੇ ਐਸਜੀਪੀਸੀ ਨੇ ਉਹਨਾਂ ਤੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੀਆਂ ਵਸਤੂਆਂ ਦੀ ਮੰਗ ਕੀਤੀ ਹੈ। ਉਹਨਾਂ ਦੇ ਨਾਲ ਇਹ ਵੀ ਗੱਲ ਕੀਤੀ ਸੀ ਕਿ ਜੋ ਬਲੂ ਸਟਾਰ ਦੇ ਸਮੇਂ ਦੇ ਵਿੱਚ ਸਾਡੇ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਸੀ ਉਹਦੇ ਵਿੱਚ ਬਹੁਤ ਸਾਰਾ ਸਾਡੀਆਂ ਕੀਮਤੀ ਵਸਤੂਆਂ ਸੀਆਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਖਾੜੇ ਸਨ, ਗੁਰੂ ਸਾਹਿਬ ਦੇ ਹੁਕਮਨਾਮੇ ਸੀ, ਉਹ ਸਾਰੀਆਂ ਬਹੁਤ ਸਾਰੀਆਂ ਵਸਤੂਆਂ ਸੀਆਂ ਜਿਹੜੀਆਂ ਉਸ ਵੇਲੇ ਆਰਮੀ ਜਿਹੜੀ ਅਸੀਂ ਇੱਥੋਂ ਚੁੱਕ ਕੇ ਲੈ ਗਈ ਸੀ। ਉਹਨਾਂ ਦੇ ਨਾਲ ਅਸੀਂ ਬੜੀ ਗੱਲ ਕੀਤੀ ਹੈ, ਡਾਕਟਰ ਰੂਪ ਸਿੰਘ ਜੀ ਸਾਡੇ ਨਾਲ ਸੀ, ਸਾਰਿਆਂ ਨੇ ਉਹਨਾਂ ਨੇ ਪੂਰਾ ਸਾਨੂੰ ਭਰੋਸਾ ਦਿਵਾਇਆ ਕਿ ਮੈਂ ਪਤਾ ਕਰਾਂਗਾ ਜੇਕਰ ਆਰਮੀ ਦੇ ਪਾਸ ਹੋਏ ਤਾਂ ਜ਼ਰੂਰ ਜਿਹੜੀਆਂ ਨੇ ਉਹ ਵਸਤਾਂ ਵਾਪਸ ਹੋਣਗੀਆਂ। ਸੋ ਅਸੀਂ ਤਾਂ ਵਾਰ ਵਾਰ ਦੇਖੋ ਸਰਕਾਰ ਕੋਲ ਬੇਨਤੀਆਂ ਕਰਦੇ ਹਾਂ, ਮੰਗ ਕਰਦੇ ਆ ਰਹੇ ਹਾਂ, ਸਰਕਾਰ ਕੋਲ ਵੀ ਮੰਗ ਕੀਤੀ ਹੈ ਔਰ ਆਰਮੀ ਕੋਲ ਵੀ ਹਮੇਸ਼ਾ ਅਸੀਂ ਮੰਗ ਕੀਤੀ ਹੈ। ਸਾਡੀ ਮੰਗ ਲਗਾਤਾਰ ਜਾਰੀ ਹੈ ਕਿ ਸਾਡਾ ਜਿਹੜੀਆਂ ਉਹ ਸਿੱਖ ਰੈਫਰੈਂਸ ਲਾਇਬ੍ਰੇਰੀ ਦੀਆਂ ਵਸਤੂਆਂ ਨੇ ਸਾਰੀਆਂ ਉਹ ਸਾਡੇ ਲਈ ਬਹੁਤ ਹੀ ਔਰ ਸਤਿਕਾਰਯੋਗ ਹੈ। ਸਾਡਾ ਬਹੁਤ ਵੱਡਾ ਸਿੱਖ ਕੌਮ ਦਾ ਸਰਮਾਇਆ ਸੀ ਜਿਹੜਾ ਉਸ ਵੇਲੇ ਇੱਥੋਂ ਚੁੱਕ ਕੇ ਲੈ ਗਏ, ਉਹ ਸਾਡਾ ਵਾਪਸ ਕੀਤਾ ਜਾਵੇ।